ਦੋ ਦਿਨ ਪਹਿਲਾਂ ਜਿਸ ਮੁੰਡੇ ਦੇ ਨਾਲ ਕੁੜੀ ਨੇ ਲਾਵਾਂ ਲਈਆਂ, ਨਹੀਂ ਸੋਚਿਆ ਸੀ ਕਿ ਦੋ ਦਿਨ ਬਾਅਦ ਹੀ ਉਹ ਵਿਧਵਾ ਹੋ ਜਾਵੇਗੀ। ਨਵੀਂ ਸਜੀ ਹੋਈ ਜੋੜੀ ਨੂੰ ਦੇਖਣ ਦੇ ਲਈ ਹਜੇ ਪਿੰਡ ਵਾਲੇ ਘਰ ਤੱਕ ਪਹੁੰਚ ਰਹੇ ਸਨ, ਪਰ ਉਸੇ ਦਰਮਿਆਨ ਹੀ ਇੱਕ ਮਾੜੀ ਖਬਰ ਹਰੇਕ ਦੇ ਕੰਨਾਂ ਦੇ ਵਿੱਚ ਪਈ ਕਿ ਲਾੜਾ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਵਿਆਹ ਦੀ ਸ਼ੇਰਵਾਨੀ ਬਠਿੰਡਾ ਵਾਪਸ ਕਰਕੇ ਆ ਰਿਹਾ ਸੀ, ਤਾਂ ਉਸੇ ਸਮੇਂ ਉਸਦੀ ਕਾਰ ਦੀ ਭਿਆਨਕ ਟੱਕਰ ਹੋ ਗਈ। ਰਾਹਗੀਰਾਂ ਦੇ ਵੱਲੋਂ ਉਸਨੂੰ ਬਚਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਗਈ। ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਉਸਦੇ ਨਾਲ ਗੱਲਬਾਤ ਵੀ ਕੀਤੀ ਹੈ, ਤਾਂ ਉਸਨੇ ਕਿਹਾ ਕਿ ਉਹ ਕੋਟ ਭਾਈ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਉਸ ਮੁੰਡੇ ਨੇ ਦੱਸਿਆ ਕਿ ਉਸਦੀ ਛਾਤੀ ਦੇ ਵਿੱਚ ਦਰਦ ਹੋ ਰਿਹਾ। ਇਹ ਉਸ ਮੁੰਡੇ ਦੀ ਆਖਰੀ ਗੱਲ ਸੀ ਅਤੇ ਉਸ ਤੋਂ ਬਾਅਦ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਆਪਣੀ ਨਵੀਂ ਵੋਟੀ ਨੂੰ ਇਹ ਕਹਿ ਕੇ ਆਇਆ ਸੀ ਕਿ ਉਹ ਛੇਤੀ ਹੀ ਮੁੜਾਵੇਗਾ, ਪਰ ਉਸਦੇ ਸਾਰੇ ਵਾਅਦੇ ਕਸਮਾਂ ਉਸ ਸਮੇਂ ਮਿੱਟੀ ਦੇ ਵਿੱਚ ਰੁਲ ਗਏ ਜਦੋਂ ਇੱਕ ਹਾਦਸੇ ਦੇ ਵਿੱਚ ਇਸ ਮੁੰਡੇ ਦੀ ਜਾਨ ਚਲੀ ਗਈ। ਪਤਾ ਨਹੀਂ ਰੱਬ ਦੇ ਵੱਲੋਂ ਇਸ ਪਰਿਵਾਰ ਦੇ ਨਾਲ ਕਿਹੜਾ ਕਹਿਰ ਕਮਾਇਆ ਗਿਆ ਕਿ ਇੰਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਉਸਨੇ ਨਹੀਂ ਸੋਚਿਆ ਕਿ ਉਸ ਕੁੜੀ ਦਾ ਕੀ ਬਣੇਗਾ। ਪਿੰਡ ਵਾਲਿਆਂ ਦੀਆਂ ਅੱਖਾਂ ਇਸ ਸਮੇਂ ਇਸ ਘਰ ਦੇ ਵੱਲ ਦੇਖਦੇ ਹੋਏ ਨਮ ਨੇ। ਵਿਆਹ ਦਾ ਟੈਂਟ ਘਰ ਦੇ ਵਿੱਚ ਲੱਗਿਆ ਹੋਇਆ, ਪਰ ਨਾਲ ਹੀ ਮੁੰਡੇ ਦੀ ਮ੍ਰਿਤਕ ਦੇ ਪਈ ਹੈ। ਇਸ ਮੌਕੇ 'ਤੇ ਕੁੜੀ ਦੇ ਪਰਿਵਾਰਕ ਮੈਂਬਰ ਰੋਂਦੇ ਕੁਰਲਾਉਂਦੇ ਹੋਏ ਆਪਣੀ ਕੁੜੀ ਦੇ ਸਹੁਰੇ ਪਿੰਡ ਪਹੁੰਚ ਗਏ, ਪਰ ਉਹਨਾਂ ਦਾ ਹਾਲ ਅੱਖੀਂ ਦੇਖਿਆ ਨਹੀਂ ਜਾਂਦਾ ਸੀ। ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਪਤਾ ਲੱਗ ਰਿਹਾ ਕਿ ਕਿੰਜ ਦੋ ਦਿਨਾਂ ਦੇ ਵਿੱਚ ਹੀ ਵਿਧਵਾ ਹੋਈ ਇਹ ਕੁੜੀ ਸਰਕਾਰੀ ਅਧਿਆਪਿਕਾ ਹੈ। 12 ਨਵੰਬਰ ਨੂੰ ਇਸਦਾ ਵਿਆਹ ਪਟਵਾਰੀ ਮੁੰਡੇ ਦੇ ਨਾਲ ਕੀਤਾ ਗਿਆ ਸੀ, ਪਰ ਹੁਣ ਇਹ ਘਰ ਪੂਰੀ ਤਰ੍ਹਾਂ ਉਜੜ ਚੁੱਕਿਆ। ਦੱਸ ਦਈਏ ਕਿ ਇਸ ਮੁੰਡੇ ਨੂੰ ਸਰਕਾਰੀ ਨੌਕਰੀ ਆਪਣੇ ਪਿਤਾ ਦੇ ਜਾਣ ਮਗਰੋਂ ਮਿਲੀ ਸੀ ਅਤੇ ਉਸ ਮਾਂ ਦਾ ਸਭ ਕੁਝ ਲੁੱਟਿਆ ਗਿਆ, ਜਿਸ 'ਤੇ ਆਪਣੇ ਪਤੀ ਤੋਂ ਬਾਅਦ ਜਵਾਨ ਪੁੱਤ ਵੀ ਗਵਾ ਦਿੱਤਾ। ਵਿਆਹ ਤੋਂ ਮਹਿਜ਼ 2 ਦਿਨ ਬਾਅਦ ਅਜਿਹੀ ਘਟਨਾ ਹੋਣ ਕਰਕੇ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਸੋਗ ਹੈ ਕਿ ਕਿੰਜ ਇੱਕ ਮੁੰਡੇ ਦੀ ਜਾਨ ਇੱਕ ਸੜਕ ਹਾਦਸੇ ਦੇ ਕਾਰਨ ਚਲੀ ਗਈ। ਫਿਲਹਾਲ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਅਤੇ ਪਰਿਵਾਰ ਦਾ ਕਹਿਣਾ ਸੀ ਜਿਹੜੀ ਵੀ ਕਾਰਵਾਈ ਹੈ ਉਹ ਪੁਲਿਸ ਦੇ ਵੱਲੋਂ ਕਰ ਲਈ ਜਾਵੇਗੀ। ਟੁੱਟੇ ਦਿਲ ਦੇ ਨਾਲ ਇੱਕ ਦੂਸਰੇ ਨੂੰ ਦਿਲਾਸਾ ਦਿੰਦਾ ਇਹ ਪਰਿਵਾਰ ਬੇਹੱਦ ਹੀ ਦੁੱਖ ਦੇ ਵਿੱਚ ਹੈ। ਦੱਸ ਦਈਏ ਕਿ ਇਹ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਵਿਆਹ ਵਾਲੇ ਲਾੜੇ ਦੀ 2 ਦਿਨ ਬਾਅਦ ਹੀ ਜਾਨ ਚਲੀ ਗਈ। ਅਸੀਂ ਥੋੜ੍ਹੇ ਜਿਹੇ ਦੂਰ ਸੀਗੇ ਜੀ, ਜਦੋਂ ਅਟਾਰ ਪੜਾਕਾ ਪਿਆ ਜੀ, ਦੋਨੇ ਆਪਣੇ ਸਮੇਂ ਭਿੜੇ ਆ ਜੀ। ਅੱਛਾ। ਉਦੋਂ ਧਮਾਕਾ ਪਿਆ ਇਹਨਾਂ ਦਾ ਜੀ, ਧਮਾਕਾ ਪੈ ਕੇ ਟਰੱਕ ਗੈਸ ਦਾ ਭਰਿਆ ਸੀ ਜੋ ਉੱਧਰ ਵੜ ਗਿਆ ਜਾ ਕੇ ਦੂਰ, ਇਹ ਪਲਟ ਕੇ ਇੱਧਰ ਆ ਗਈ ਜੀ। ਅਤੇ ਇੱਥੋਂ ਮੁੰਡੇ ਨੂੰ ਕੱਢ ਕੇ ਅਸੀਂ ਲੈ ਕੇ ਗਏ ਹਸਪਤਾਲ ਜਿਹੇ ਕੋਲੇ ਜੀ, ਅਤੇ ਇੱਥੇ ਜਾ ਕੇ ਐਂਬੂਲੈਂਸ ਬਹੁਤ ਚਿਰ ਤੋਂ ਆਈ ਜੀ, 50 ਮਿੰਟ ਲੱਗ ਗਏ ਸੀ ਜੀ, ਘੰਟੇ ਦੇ ਕਰੀਬ ਲੱਗ ਗਿਆ ਜੀ। ਹਾਂਜੀ ਹਾਂਜੀ। ਉਦੋਂ ਬਾਅਦ ਹਾਂਜੀ, ਉਦੋਂ ਬਾਅਦ ਬਠਿੰਡੇ ਲੈ ਗਏ, ਬਠਿੰਡੇ ਜਾ ਕੇ ਉਹਨੇ ਦਮ ਤੋੜਤਾ ਜੀ। ਤੁਹਾਡੀ ਗੱਲਬਾਤ ਵੀ ਹੋਈ ਹੈ ਜਦੋਂ ਐਕਸੀਡੈਂਟ ਤੋਂ? ਹਾਂਜੀ, ਉਹਨੂੰ ਪੁੱਛਿਆ ਸੀ ਜੀ, ਇਹਨੂੰ ਪੁੱਛਿਆ ਵੀ ਕਿੱਥੋਂ ਦਾ ਰਹਿਣ ਵਾਲਾ ਹੈ, ਕਹਿੰਦਾ ਜੀ ਭਾਈ ਕੋਟ ਦਾ ਰਹਿਣ ਵਾਲਾ ਜੀ। ਹਾਂਜੀ, ਇੰਨਾ ਬੋਲਿਆ ਮੁੜ ਕੇ ਨਹੀਂ ਬੋਲਿਆ ਜੀ।
ਇਹਦੀ ਛਾਤੀ ਤੇ ਹੱਥ ਧਰਦਾ ਸੀ ਤਾਂ ਮੇਰੇ ਦਰਦ ਹੁੰਦਾ ਜੀ। ਅੱਛਾ ਹਾਂਜੀ। ਤੇ ਬਲੀਡਿੰਗ ਕਿੰਨੀ ਕੁ ਸੀਗੀ ਉਸ ਸਮੇਂ? ਇਹਦੇ ਖੂਨ ਵਾਹਵਾ ਨਿਕਲ ਗਿਆ ਸੀ ਜੀ, ਮੱਥੇ ਸੱਟ ਵਾਹਵਾ ਸੀ ਉਹਦੇ, ਕੰਨਾਂ 'ਚੋਂ ਵੀ ਨਿਕਲਿਆ ਸੀ ਜੀ। ਤੇ ਕੋਸ਼ਿਸ਼ ਕੀਤੀ ਜਾ ਸਕਦੀ ਸੀ ਕਿ ਜੇਕਰ ਆਪਾਂ ਉਹਨੂੰ ਹੋਸਪਿਟਲ ਪਹਿਲਾਂ ਹੀ ਪਹੁੰਚਾ ਦਿੰਦੇ ਐਂਬੂਲੈਂਸ ਦੀ ਉਡੀਕ ਤੋਂ ਪਹਿਲਾਂ? ਹਾਂ, ਐਂਬੂਲੈਂਸ ਤੋਂ ਬਚ ਸਕਦਾ ਸੀ, ਉਹਨੂੰ ਗੈਸ ਨਹੀਂ ਮਿਲੀ ਜੀ, ਇੱਕ ਆਕਸੀਜਨ ਘੱਟ ਗਈ ਉਹਦੀ ਜੀ, ਡਾਕਟਰ ਦੱਸਿਆ ਸੀ ਜੀ ਆਕਸੀਜਨ ਘੱਟ ਗਈ ਸੀ ਜੀ, ਉਹਦੀ ਸਾਹ ਔਖੇ ਲੈਂਦਾ ਸੀ ਉਹ ਜੀ। ਅੱਛਾ ਹਾਂਜੀ। ਇਹਨਾਂ ਜਿਹਨਾਂ ਦਾ ਐਕਸੀਡੈਂਟ ਹੋਇਆ, ਮੇਰੇ ਜੀਜਾ ਜੀ ਸੀ। ਕਦੋਂ ਮੈਰਿਜ ਹੋਈ ਸੀ? ਮੈਰਿਜ ਇਹਨਾਂ ਦੀ ਹੋਈ 12 ਤਰੀਕ ਨੂੰ। ਕਿਹੜੀ ਜਗ੍ਹਾ ਤੋਂ ਤੁਸੀਂ? ਅਸੀਂ ਬਟਰਾਟੇ ਤੋਂ, ਮਾਨਸਾ ਡਿਸਟ੍ਰਿਕਟ। ਬੇਟੀ ਕੀ ਕੰਮ ਕਰਦੀ ਸੀ? ਬੇਟੀ ਟੀਚਰ ਆਈ ਸੀ ਸਰਕਾਰੀ। ਕੀ ਕੰਮ ਕਰਦੀ? ਇਹ ਪਟਵਾਰੀ ਸੀ। ਕੀ ਗੱਲ ਕੀ ਹੋਈ ਹੈ, ਕੀ ਕੰਮ? ਗੱਲ ਇਹ, ਆਪਣੀ ਜਿਹੜੀ ਸ਼ੇਰਵਾਨੀ ਸੀ ਜਾਂ ਹੋਰ ਬੱਚਿਆਂ ਦੇ ਕੱਪੜੇ ਟਰਨ ਕਰਕੇ ਆ ਰਹੇ ਸੀ ਵਾਪਸੀ, ਤੇ ਇਹਨਾਂ ਦਾ ਸਾਹਮਣੇ ਦੇ ਕੈਂਟਰ ਦੇ ਨਾਲ ਟੱਕਰ ਹੋਈ ਹੈ ਜੀ। ਟੱਕਰ ਬਹੁਤ ਜ਼ਬਰਦਸਤ ਸੀ। ਕੁਛ ਸਾਡੇ ਜਿਹੜੇ ਤੋਂ ਐਂਬੂਲੈਂਸ ਸਿਸਟਮ ਆ 2 ਘੰਟੇ ਦੇ ਵਿੱਚ ਪਹੁੰਚਿਆ, ਤੇ ਉਸ ਤੋਂ ਬਾਅਦ ਸਾਡੇ ਜਾਈ ਜਿਵੇਂ ਕੁਛ ਵੀ ਨਹੀਂ ਸੀਗਾ, ਕੋਈ ਹੁੰਦਾ ਸਿਸਟਮ 10-20 ਮਿੰਟ ਦੇ ਵਿੱਚ ਐਂਬੂਲੈਂਸ ਜਾਂਦੀ ਤਾਂ ਸ਼ਾਇਦ ਸਾਡੇ ਬੰਦੇ ਦੀ ਜਾਨ ਬਚ ਜਾਂਦੀ। ਐਂਬੂਲੈਂਸ ਦੇ ਵਿੱਚ ਕੋਈ ਆਕਸੀਜਨ ਸਿਸਟਮ ਨਹੀਂ ਸੀ, ਕੁਛ ਵੀ ਨਹੀਂ ਸੀ। ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ? ਪੁਲਿਸ ਕਾਰਵਾਈ ਕਰ ਰਹੀ ਹੈ ਜੀ ਆਪਣੀ, ਜੋ ਵੀ ਇਹਨੂੰ ਠੀਕ ਲੱਗ ਰਿਹਾ ਆਪਣੀ ਕਾਰਵਾਈ ਕਰ ਰਹੀ ਹੈ। ਸੰਦੀਪ ਸਿੰਘ ਪੁੱਤਰ ਸੋਮਪਾਲ, ਪਿੰਡ ਕੋਟ ਭਾਈ ਦੇ ਰਹਿਣ ਵਾਲਾ ਹੈ। ਇਹ ਪਟਵਾਰੀ ਨੌਕਰੀ ਕਰਦਾ ਸੀ ਅਤੇ 2-3 ਦਿਨ ਪਹਿਲਾਂ ਇਹਦੀ ਸ਼ਾਦੀ ਹੋਈ ਸੀਗੀ ਅਤੇ ਅੱਜ ਕੱਲ੍ਹ ਇਹ ਆਪਣੇ ਵਿਆਹ ਦੀ ਜਿਹੜੀ ਸੀਗੀ ਉਹ ਕੱਪੜੇ ਕੁੱਪੜੇ ਮੋੜਨ ਆਇਆ ਸੀਗਾ ਅਤੇ ਮੋੜ ਕੇ ਵਾਪਸ ਜਾ ਰਿਹਾ ਸੀ। ਜਦੋਂ ਇਹ ਪਿੰਡ ਕਿਲੀ ਨਿਹਾਲ ਸਿੰਘ ਵਾਲੇ ਕੋਲ ਪਹੁੰਚਿਆ ਤਾਂ ਇਹਦੀ ਗੱਡੀ ਅੱਗੇ ਅਵਾਰਾ ਪਸ਼ੂ ਆਉਣ ਕਰਕੇ, ਅਤੇ ਇਹਦੀ ਗੱਡੀ ਸਾਹਮਣੇ ਟਰਾਲਾ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਈ, ਟਕਰਾਉਣ ਕਰਕੇ ਸੱਟਾਂ ਜ਼ਿਆਦਾ ਲੱਗੀਆਂ ਅਤੇ ਇਹਦੀ ਮੌਤ ਹੋ ਗਈ ਸੀਗੀ ਜੀ। ਅੱਜ ਇਹਦੇ ਭਰਾ ਦੇ ਬਿਆਨ 'ਤੇ ਅਸੀਂ ਕਾਰਵਾਈ ਕੀਤੀ ਹੈ ਮਨਦੀਪ ਸਿੰਘ ਦੇ 'ਤੇ, ਅਤੇ ਕਾਰਵਾਈ 174 CRPC ਕੀਤੀ ਹੈ ਜੀ। ਅਤੇ ਉਹ ਵਾਰਸ ਕੋਈ ਕਾਰਵਾਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ ਸੀਗੇ, ਇਹ ਕਹਿੰਦੇ ਜਿਹੜਾ ਹਾਦਸਾ ਕੁਦਰਤੀ ਦੇ ਅਚਾਨਕ ਹੋਇਆ। ਦੋ ਦਿਨ ਪਹਿਲਾਂ ਜਿਸ ਮੁੰਡੇ ਦੇ ਨਾਲ ਕੁੜੀ ਨੇ ਲਾਵਾਂ ਲਈਆਂ, ਨਹੀਂ ਸੋਚਿਆ ਸੀ ਕਿ 2 ਦਿਨ ਬਾਅਦ ਹੀ ਉਹ ਵਿਧਵਾ ਹੋ ਜਾਵੇਗੀ। ਨਵੀਂ ਸਜੀ ਹੋਈ ਜੋੜੀ ਨੂੰ ਦੇਖਣ ਦੇ ਲਈ ਹਜੇ ਪਿੰਡ ਵਾਲੇ ਘਰ ਤੱਕ ਪਹੁੰਚ ਰਹੇ ਸਨ, ਪਰ ਉਸੇ ਦਰਮਿਆਨ ਹੀ ਇੱਕ ਮਾੜੀ ਖਬਰ ਹਰੇਕ ਦੇ ਕੰਨਾਂ ਦੇ ਵਿੱਚ ਪਈ ਕਿ ਲਾੜਾ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਵਿਆਹ ਦੀ ਸ਼ੇਰਵਾਨੀ ਬਠਿੰਡਾ ਵਾਪਸ ਕਰਕੇ ਆ ਰਿਹਾ ਸੀ ਤਾਂ ਉਸੇ ਸਮੇਂ ਉਸਦੀ ਕਾਰ ਦੀ ਭਿਆਨਕ ਟੱਕਰ ਹੋ ਗਈ। ਰਾਹਗੀਰਾਂ ਦੇ ਵੱਲੋਂ ਉਸਨੂੰ ਬਚਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਗਈ। ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਉਸਦੇ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਉਸਨੇ ਕਿਹਾ ਕਿ ਉਹ ਕੋਟ ਭਾਈ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਉਸ ਮੁੰਡੇ ਨੇ ਦੱਸਿਆ ਕਿ ਉਸਦੀ ਛਾਤੀ ਦੇ ਵਿੱਚ ਦਰਦ ਹੋ ਰਿਹਾ। ਇਹ ਉਸ ਮੁੰਡੇ ਦੀ ਆਖਰੀ ਗੱਲ ਸੀ ਅਤੇ ਉਸ ਤੋਂ ਬਾਅਦ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਆਪਣੀ ਨਵੀਂ ਵੋਟੀ ਨੂੰ ਇਹ ਕਹਿ ਕੇ ਆਇਆ ਸੀ ਕਿ ਉਹ ਛੇਤੀ ਹੀ ਮੁੜਾਵੇਗਾ, ਪਰ ਉਸਦੇ ਸਾਰੇ ਵਾਅਦੇ ਕਸਮਾਂ ਉਸ ਸਮੇਂ ਮਿੱਟੀ ਦੇ ਵਿੱਚ ਰੁਲ ਗਏ ਜਦੋਂ ਇੱਕ ਹਾਦਸੇ ਦੇ ਵਿੱਚ ਇਸ ਮੁੰਡੇ ਦੀ ਜਾਨ ਚਲੀ ਗਈ। ਪਤਾ ਨਹੀਂ ਰੱਬ ਦੇ ਵੱਲੋਂ ਇਸ ਪਰਿਵਾਰ ਦੇ ਨਾਲ ਕਿਹੜਾ ਕਹਿਰ ਕਮਾਇਆ ਗਿਆ ਕਿ ਇੰਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਉਸਨੇ ਨਹੀਂ ਸੋਚਿਆ ਕਿ ਉਸ ਕੁੜੀ ਦਾ ਕੀ ਬਣੇਗਾ। ਪਿੰਡ ਵਾਲਿਆਂ ਦੀਆਂ ਅੱਖਾਂ ਇਸ ਸਮੇਂ ਇਸ ਘਰ ਦੇ ਵੱਲ ਦੇਖਦੇ ਹੋਏ ਨਮ ਨੇ। ਵਿਆਹ ਦਾ ਟੈਂਟ ਘਰ ਦੇ ਵਿੱਚ ਲੱਗਿਆ ਹੋਇਆ, ਪਰ ਨਾਲ ਹੀ ਮੁੰਡੇ ਦੀ ਮ੍ਰਿਤਕ ਦੇ ਪਈ ਹੈ। ਇਸ ਮੌਕੇ 'ਤੇ ਕੁੜੀ ਦੇ ਪਰਿਵਾਰਕ ਮੈਂਬਰ ਰੋਂਦੇ ਕੁਰਲਾਉਂਦੇ ਹੋਏ ਆਪਣੀ ਕੁੜੀ ਦੇ ਸਹੁਰੇ ਪਿੰਡ ਪਹੁੰਚ ਗਏ, ਪਰ ਉਹਨਾਂ ਦਾ ਹਾਲ ਅੱਖੀਂ ਦੇਖਿਆ ਨਹੀਂ ਜਾਂਦਾ ਸੀ।
ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਪਤਾ ਲੱਗ ਰਿਹਾ ਕਿ ਕਿੰਜ ਦੋ ਦਿਨਾਂ ਦੇ ਵਿੱਚ ਹੀ ਵਿਧਵਾ ਹੋਈ ਇਹ ਕੁੜੀ ਸਰਕਾਰੀ ਅਧਿਆਪਿਕਾ ਹੈ। 12 ਨਵੰਬਰ ਨੂੰ ਇਸਦਾ ਵਿਆਹ ਪਟਵਾਰੀ ਮੁੰਡੇ ਦੇ ਨਾਲ ਕੀਤਾ ਗਿਆ ਸੀ, ਪਰ ਹੁਣ ਇਹ ਘਰ ਪੂਰੀ ਤਰ੍ਹਾਂ ਉਜੜ ਚੁੱਕਿਆ। ਦੱਸ ਦਈਏ ਕਿ ਇਸ ਮੁੰਡੇ ਨੂੰ ਸਰਕਾਰੀ ਨੌਕਰੀ ਆਪਣੇ ਪਿਤਾ ਦੇ ਜਾਣ ਮਗਰੋਂ ਮਿਲੀ ਸੀ ਅਤੇ ਉਸ ਮਾਂ ਦਾ ਸਭ ਕੁਝ ਲੁੱਟਿਆ ਗਿਆ, ਜਿਸ 'ਤੇ ਆਪਣੇ ਪਤੀ ਤੋਂ ਬਾਅਦ ਜਵਾਨ ਪੁੱਤ ਵੀ ਗਵਾ ਦਿੱਤਾ। ਵਿਆਹ ਤੋਂ ਮਹਿਜ਼ 2 ਦਿਨ ਬਾਅਦ ਅਜਿਹੀ ਘਟਨਾ ਹੋਣ ਕਰਕੇ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਸੋਗ ਹੈ ਕਿ ਕਿੰਜ ਇੱਕ ਮੁੰਡੇ ਦੀ ਜਾਨ ਇੱਕ ਸੜਕ ਹਾਦਸੇ ਦੇ ਕਾਰਨ ਚਲੀ ਗਈ। ਫਿਲਹਾਲ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਅਤੇ ਪਰਿਵਾਰ ਦਾ ਕਹਿਣਾ ਸੀ ਜਿਹੜੀ ਵੀ ਕਾਰਵਾਈ ਹੈ ਉਹ ਪੁਲਿਸ ਦੇ ਵੱਲੋਂ ਕਰ ਲਈ ਜਾਵੇਗੀ। ਟੁੱਟੇ ਦਿਲ ਦੇ ਨਾਲ ਇੱਕ ਦੂਸਰੇ ਨੂੰ ਦਿਲਾਸਾ ਦਿੰਦਾ ਇਹ ਪਰਿਵਾਰ ਬੇਹੱਦ ਹੀ ਦੁੱਖ ਦੇ ਵਿੱਚ ਹੈ। ਦੱਸ ਦਈਏ ਕਿ ਇਹ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਵਿਆਹ ਵਾਲੇ ਲਾੜੇ ਦੀ 2 ਦਿਨ ਬਾਅਦ ਹੀ ਜਾਨ ਚਲੀ ਗਈ।